गुड मॉर्निंग गाइस। हाँ जी भाई, सत श्री अकाल जी सारे नूं। तो स्वागत है जी तुहाडा अज एक नवी वीडियो च अपने 50 डे चैलेंज दी। तो अपने दिन की शुरुआत हो गई है, हो गई थी उदा पहला ते हुण गेड़ी गेड़ी मार के मगर धरने दे जाइए, धरना देख लीए। पहला घर दे ना गया सीगा तां उदों मैं रुक नहीं होया उत्थे, उदो स्टेज ते हजे लगे नहीं सी, माइक मुइक ला के जी अपने आगू आए नहीं सीगे, नॉर्मल परसन मेरे अर्गे ही बैठे थी। यार फॉर्चूनर देख फिर तन तन नहीं करती, यदि तो तसली वाली तन तन करती। यार मेरा पॉइंट ऑफ व्यू है भाई, दसो है ना, तुम दस्यो एग्री है भाई। जे मान लो अपना दुश्मन ही अपनी है, ठीक है, बंदे नु बड़ो मारो जो मर्जी करो, ठीक है, गड्डी बेचारी का की कसूर है? गड्डी ने की किया? गड्डी ने तो नहीं कहो भी एड्डी लग्जरी गड्डी बी आई पी फॉर्चूनर टोयोटा नु जानी लोका दे ख्वाब है भाई फॉर्चूनर हो गई। भन्नण वालिया ने मिंट नहीं लाया, हुण चिट्टी गड्डी मतलब 30-35 लाख की गड्डी बननी है, कड्डा चक्कर लंबा चौड़ा चलू। बस 2 मिनट का गुस्सा आई जानी, 2 मिनट का, 2 मिनट की गेम तो सिर्फ 2 मिनट की आती है, 2 मिनट च किसी ने चकता चुकाता जानी अगला कांड करता निकल गए। जिन्हें गड्डी गई वह देखो की बीतती है, पेपर हॉस्पिटल एक दी बांह ही टटती, उन्हें नवा ब्याह उस मुंडे का नवा ब्याह होया, बांह तो मरी होगी, पार्टी की रंजिश होगी, कोई शहरदारी वगैरह भी देख लिया करो। फोन आ गया गाइस, मैडम जी चलो जी तुम जितो माइंड आधी दौरी कर दे दौरी कोई नहीं क्या तू मैं गल नहीं आ ਕੋਈ ਨੀ ਮੈਡਮ ਜੀ नहीं ते भाई नी मैके भाई नी बड़ी ਧਰਨਾ ਪੂਰਾ ਚੜ੍ਹਦੀ ਗਲਾ ਹੀ। ਕਿਸਾਨ ਮਨਜੂਰ ਮੋਜ ਦਾ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਮੱਥੇ ਤੋਂ ਮੇਲੇ ਧਰਨਾ, ਕਿਸਾਨ ਨਹੀਂ ਤੇ ਅੰਨ ਨਹੀਂ, ਅਸ਼ੁਭ ਕਰਨ ਜਿਹਨੂੰ ਮਾਰੇ। ਇਹ ਵੀ ਲੋਕਾਂ ਨੂੰ ਦੱਸ ਦਈਏ ਵੀ ਰੋਡ ਵੀ ਫਿਰ ਕਿਸਾਨਾਂ ਨੇ ਆਪਣੀ ਮਰਜ਼ੀ ਨਾਲ ਖੋਲਿਆ ਵੀ ਇੱਕ ਇੱਕ ਲਾਈਨ ਖੋਲ ਦਈਏ, ਖਾਸ ਕਰਕੇ ਉਹਨਾਂ ਨੂੰ ਜਿਹੜੇ ਗਾਲਾਂ ਕੱਢਦੇ ਜਦੋਂ ਮਰਜ਼ੀ ਬਹਿ ਜਾਂਦੇ ਧਰਨੇ, ਕਿੰਨੀ ਰੇਹ ਸਪਰੇ ਕਿੰਨਾ ਕੁਝ ਪਾ ਕੇ ਉਹਨਾਂ ਨੇ ਪਾਲੀ ਭਾਈ, ਸਤਿ ਸ਼੍ਰੀ ਅਕਾਲ ਜੀ, ਫਸਲ ਪਾਲੀ ਤੇ ਹੁਣ ਉਹਦਾ ਮੁੱਲ ਲੈਣ ਦੇ ਟਾਈਮ ਆਇਆ ਤੇ ਲੈਣ ਨਹੀਂ ਰਿਹਾ। ਕਿਆ ਤੇ ਕੀ ਗਲਤੀਆਂ ਕੀ ਸੀ? ਮੈਂ ਖਲਾ ਆਪ ਤੇਰੀ ਵੀਡੀਓ ਗਾਂ ਗਾਂ ਉਹ ਆ ਗਏ ਕੋ ਯਾਰ, ਮੈਂ ਤੇਰੀ ਵੀਡੀਓ ਖੁਦ ਗਾਂ ਗਾਂ ਕਰਕੇ ਦੇਖੀ ਕੀ ਸੀ ਗਲਤੀ? ਲੰਬੀ ਬੋਰਿੰਗ ਸੀ, ਲੰਬੀ ਜ਼ਿਆਦਾ ਸੀ, 1 ਮਿੰਟ ਤੇ ਪਤਾ ਨਹੀਂ ਕਿਹੜਾ 150 ਦਾ ਭਾਈ ਜੀ, नंग बनाई थी आवाज नहीं पता लगती थी, नंग तो खड़ा दिखा गई
ਫਰਕ ਫਟ ਦੱਸੋ ਲਓ ਜੀ ਕੰਪਲੇਂਟ ਆ ਗਈ ਅੱਜ ਆਪਣੇ ਬਲੌਗ ਦੀ ਆਹ ਮੰਡੇ ਦਾ ਵੀ ਵੇਖ ਲਿਓ ਜੀ ਛੋਟਾ ਜਿਹਾ ਚੈਨਲ ਆ ਸਾਰਿਆਂ ਦੇ ਛੋਟੇ ਹੀ ਆ ਅਸੀਂ ਕਿਹੜਾ ਧਰੋ ਪਰਾਠੀ ਆ ਹੈਨਾ ਕੀ ਜਾਂ ਉਹ ਕਿਹੜਾ ਐਲਵੇਸ਼ ਯਾਦਵ ਜਿਹੜਾ ਉੱਥੇ ਦਾ ਆਇਆ ਉੱਤਰਾਖੰਡ ਦਾ ਸੌਰਵ ਜੋਸ਼ੀ ਆਹੋ ਕਿਹੜਾ ਜੋਸ਼ੀ ਸੌਰਵ ਜੋਸ਼ੀ ਉਹ ਜਿਹਦੇ ਕੋਲ ਸੁਪਰ ਕਾਰ ਆ ਆਹ ਲਈ ਸੀ ਉਹਨੇ ਵੀ ਸੁਪਰ ਕਾਰ ਆ तेल पा शर्त ला गया अच्छा चाबी रह गई मैं करे शर्त ला गया आए तेल पा ब्लॉगिंग करते हैं हम ब्लॉगिंग ਹੋਰ ਕੀ ਕਰਨਾ ਡਰਾਈਵਰੀ ਚ ਘਾਟਾ ਪੈ ਰਿਹਾ ਨਾ ਡਰਾਈਵਰੀ ਵਾਕੀ ਕਰਦਾ ਫੇ ਹੀ ਆਇਆ ਕਰੂਗਾ ਪੈਸੇ ਹੁਣ ਆਟੋ ਲੈ ਲਵਾਂ ਕੁਝ ਵੀ ਹੈ ਨਹੀਂ ਉਹ ਵੀ ਰੋਂਦੇ ਆ ਉਹ ਵੀ ਰੋਜੇ ਹੀ ਲੜਦੇ ਚੌਂਕ ਚ ਉਹ ਤਾਂ ਸਿਰ ਪਾੜਾਂ ਦੀ ਗੱਲਾਂ ਸਹੀ ਗੱਲ ਹੈ ਉਹ ਮਹਾਰਾਜ ਢਾਬਾ ਛੱਡਿਆ ਨਹੀਂ ਉਹ ਲੱਗਿਓ ਹਾਂ ਅਜਾ ਬਾਉ ਨੇ ਦੁਬਾਰਾ ਆਵਾਜ਼ ਮਾਰ ਲਈ ਇਹਨੇ ਸਟਾਫ ਦੀ ਕਮੀ ਸੀ ਇਦਾਂ ਹੀ ਪਿਆਰ ਦੀ ਹਾਂ ਸਹੀ ਗੱਲ ਹੈ ਇਹੀ ਬੰਦਾ ਇੱਕ ਚਾਹੀਦਾ ਤਿੰਨਾ ਵਾਪਸ ਆ ਗਿਆ ਬੰਦਾ ਵਾਪਸ ਆ ਗਿਆ ਵੀ ਪਤਾ ਜਿਹੜਾ ਤੇ ਤੋਂ ਪਹਿਲਾਂ ਸਟਾਫ ਸੀ ਉਹ ਹਰੇਕ ਨਾਲ ਲੜਦਾ ਹੁੰਦਾ ਮੁੰਡਾ ਹੈ ਨਹੀਂ ਹੋ ਰਿਹਾ ਉੱਤੇ ਉਹ ਕਾਲਾ ਜਿਹਾ ਭਈਆ ਇਹ ਦੇਖਿਆ ਉਹ ਦੜਾਤੇ ਵਧੀਆ ਕੀਤਾ ਭਰਾਵਾ ਤੇ ਕੀ ਫੇਲ ਨੂੰ ਵਰਕ ਪਾਉ ਦਾਡੀ ਉਹਦਾ ਇੱਕ ਤੂੰ ਆ ਕੇ ਉੱਦਾਂ ਹੀ ਪੈ ਜਾਣਾ ਬਾਬਾ ਜੀ ਨੇ ਲੰਗਰ ਸੇਵਾ ਸ਼ੁਰੂ ਕਰਤੀ ਬਹਿ ਕੇ ਜਾ ਲਓ ਇੱਥੇ बाकी हिसाब कह देना दुबारा बंद करता है लगे क्यों रोक ਕੰਟਰੋਲ ਜਿਹੜਾ ਆਪੋ ਤੋਂ ਬਾਹਰ ਹੋ ਜਾਂਦੇ ਕਣਕ ਵਿਜੜੀਆਂ
ਆਪਾਂ ਅੱਜ ਦੀ ਸਟੇਜ ਦੀ ਕਾਰਵਾਈ ਚਲਾਵਾਂਗੇ। ਚੰਡੀਗੜ੍ਹ ਇੱਕ ਮੀਟਿੰਗ ਜਥੇਬੰਦੀਆਂ ਦੀ ਹੋ ਰਹੀ ਹੈ, ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਤੋਂ ਹੋਣੀ ਹੈ। ਰਾਏ ਸਾਹਿਬ ਉੱਥੇ ਗਏ ਆ, ਮਾਫ਼ੀ ਚਾਹੁੰਦਾ। ਸਪੀਕਰ ਦੀ ਮਰਿਆਦਾ ਹੈ ਉਹ ਨਾਲ ਹੀ ਚੱਲਦੀ ਹੈ। ਇੱਥੇ ਕਿਸੇ ਨੂੰ ਇਹ ਨਹੀਂ ਪੁੱਛਿਆ ਜਾਂਦਾ ਕਿ ਤੂੰ ਮਜ਼ਦੂਰ ਹੈ ਜਾਂ ਤੂੰ ਕਿਸਾਨ ਹੈ। ਸਾਡੇ ਪ੍ਰਸ਼ਾਸਨ ਅਧਿਕਾਰੀ ਜਿਹੜੇ ਨੇ ਸਿਵਲ ਦੇ ਵੀ, ਸਾਡੇ ਸੀ ਆਈ ਡੀ ਵਾਲੇ ਵੀ, ਸਾਡਾ ਪੁਲਿਸ ਡਿਪਾਰਟਮੈਂਟ ਵੀ, ਉਹ ਸਾਰਿਆਂ ਦੇ ਵਾਸਤੇ ਗੁਰੂ ਨਾਨਕ ਦਾ ਲੰਗਰ ਚੱਲਦਾ ਹੈ। ਇਹ ਸਰਕਾਰਾਂ ਕਿਉਂ ਨਹੀਂ ਵੇਖ ਰਹੀਆਂ ਕਿ ਜਿਹੜਾ ਮਸਲਾ ਹੈ ਇੰਨਾ ਲੰਬਾ ਕਿਉਂ ਕੀਤਾ ਜਾ ਰਿਹਾ ਹੈ? ਸਾਡੇ ਲੀਡਰ ਸਾਹਿਬਾਨਾਂ ਦੇ ਨਾਲ ਗੱਲ ਕੀਤੀ ਜਾਵੇ। ਜਿੱਦਾਂ ਸਾਹਨੀ ਸਾਹਿਬ ਜਾਂਦੇ ਸੀ ਅਤੇ ਸਰਦਾਰ ਮਨਜੀਤ ਸਿੰਘ ਜੀ ਰਾਏ ਪ੍ਰਧਾਨ ਜੀ ਅੱਜ ਵੀ ਗਏ ਹੋਏ ਨੇ, ਕਿਤੇ ਬੀਟੇ ਕਿਰਪਾਲ ਸਿੰਘ ਜੀ ਮੂਸਾ ਪਰ, ਸਤਨਾਮ ਸਿੰਘ ਜੀ ਸਾਹਨੀ, ਸਾਰੀਆਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਜਿਹਨਾਂ ਨੂੰ ਆਪਾਂ ਲੀਡਰ ਬਣਾਇਆ ਹੈ, ਸਾਰੇ ਸਹਿਯੋਗ ਕਰਦੇ ਨੇ, ਉਹਨਾਂ ਨਾਲ ਬੈਠ ਕੇ ਗੱਲ ਹੋਣੀ ਚਾਹੀਦੀ ਹੈ। ਕਿਹੜਾ ਮਸਲਾ ਜਿਹੜਾ ਹੱਲ ਨਹੀਂ ਹੋ ਜਾਂਦਾ? ਤੁਸੀਂ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਜਿੱਥੇ ਲੜਾਈਆਂ ਲੱਗੀਆਂ ਨੇ, ਕਦੇ ਤੁਸੀਂ ਯੂਕਰੇਨ ਦੇ ਵਿੱਚ ਜਾ ਕੇ ਕਹਿੰਦੇ ਹੋ। ਕੱਲ੍ਹ ਵੀ ਅਖਬਾਰ ਦੇ ਵਿੱਚ ਆਏ ਭਾਰਤ ਦੇ ਪ੍ਰਧਾਨ ਮੰਤਰੀ ਦਾ ਬਿਆਨ ਸੀ ਕਿ ਕੋਈ ਵੀ ਮਸਲਾ ਜਿਹੜਾ ਮਿਲ ਬੈਠ ਕੇ ਹੱਲ ਹੁੰਦਾ। ਯੂਕਰੇਨ ਦਾ ਅਤੇ ਰੂਸ ਦਾ ਜਿਹੜਾ ਯੁੱਧ ਚੱਲਦਾ ਹੈ, ਉਹ ਮਸਲਾ ਤੁਹਾਡੀ ਗੱਲਬਾਤ ਨਾਲ ਹੱਲ ਹੁੰਦਾ ਹੈ, ਅਤੇ ਤੁਹਾਡੀ ਕਿਸਾਨ ਜਿਹੜੇ ਉਹ ਸੜਕਾਂ ਦੇ ਬੈਠੇ ਨੇ, ਉਹਦਾ ਮਸਲਾ ਦਾ ਤੁਹਾਨੂੰ ਧਿਆਨ ਹੀ ਕੋਈ ਨਹੀਂ। ਕਹਿਣ ਤੋਂ ਭਾਵ ਇਹ ਸਰਕਾਰਾਂ ਦੀ ਜਿਹੜੀ ਲੋਕ ਮਾਰੂ ਕਿਸਾਨ ਮਾਰੀ ਨੀਤੀ ਮਾਰੂ ਨੀਤੀ ਹੈ, ਇਹ ਸਾਰੀ ਦੁਨੀਆਂ ਦੇ ਸਾਹਮਣੇ ਆ ਚੁੱਕੀ ਹੈ, ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਫਰਕ ਪੈਣਾ ਚਾਹੀਦਾ ਹੈ, ਗੁਰੂ ਮਹਾਰਾਜ ਇਹਨਾਂ ਨੂੰ ਕੋਈ ਸਮਰਥ ਦੇਵੇ ਤਾਂ ਜੋ ਸਾਡੀ ਜਿਹੜੀ ਕਿਸਾਨੀ ਹੈ ਇੰਨੀ ਮਿਹਨਤ ਕਰਕੇ ਫਸਲ ਉਗਾਈ ਹੈ। ਕਿਉਂਕਿ ਕੋਈ ਵਿਅਕਤੀ ਜਿੰਨਾ ਮਰਜ਼ੀ ਧਨਾੜ ਹੋਵੇ, ਪਰ ਅਕਸਰ ਆਪਾਂ ਸ਼ਗਲਾਂ 'ਤੇ ਪਛਾਉਂਦਾ ਹੀ ਹੈ ਨਾ, ਉਹ ਕਿਸਾਨ ਪੈਦਾ ਕਰਦੇ ਨੇ, ਸਾਰੇ ਦੇਸ਼ ਦਾ ਸਾਰੇ ਸੰਸਾਰ ਦਾ ਢਿੱਡ ਜਿਹੜਾ ਕਿਸਾਨ ਭਰਿਆ, ਪਰ ਕਿਸਾਨ ਅੱਜ ਸੜਕਾਂ 'ਤੇ ਬੈਠੇ ਨੇ। ਸੋ ਇਹਨਾਂ ਸਰਕਾਰਾਂ ਨੂੰ ਉਹਨਾਂ ਦੇ ਨੁਮਾਇੰਦੇ ਇੱਥੇ ਸੁਣਦੇ ਹੋਣੇ ਨੇ, ਸਾਰੇ ਬੁਲਾਰਿਆਂ ਨੇ ਇਹੋ ਹੀ ਗੱਲ ਕਹਿਣੀ ਹੈ ਵਾਰ ਵਾਰ ਕਿ ਇਹ ਜਿਹੜਾ ਮਸਲਾ ਹੈ ਇਹ ਮਿਲ ਬੈਠ ਕੇ ਹੱਲ ਕਰੋ। ਜੇ ਫਿਰ ਮਿਲ ਬੈਠ ਕੇ ਹੱਲ ਨਹੀਂ ਕਰੋਗੇ ਤਾਂ ਤੁਸੀਂ ਫਿਰ ਕਿਸਾਨਾਂ ਦੇ, ਕਿਸਾਨ ਜਥੇਬੰਦੀਆਂ ਦੇ ਉਹ ਵੀ ਬਿਆਨ ਅਖਬਾਰਾਂ 'ਚ ਪੜ੍ਹ ਹੀ ਲੈ ਰਹੇ ਹੋ। ਜੇ ਲੰਬਾ ਕਰੀ ਜਾਓਗੇ ਤਾਂ ਫਿਰ ਮਜਬੂਰ ਹੋ ਕੇ ਅਤੇ ਦਸਵੇਂ ਨਾਨਕ ਦੀ ਤਰ੍ਹਾਂ ਕਿ ਜੋ ਗੁਰੂ ਮਹਾਰਾਜ ਨੇ ਸਾਨੂੰ ਸਿਧਾਂਤ ਦਿੱਤਾ, ਫਿਰ ਉਸ ਤਰ੍ਹਾਂ ਕਿਸਾਨਾਂ ਨੂੰ ਵੀ ਸਖਤੀ ਕਰਨੀ ਪੈ ਜਾਣੀ ਹੈ। ਫਿਰ ਤੁਸੀਂ ਸਾਰਿਆਂ ਨੇ ਆ ਕੇ ਇਹ ਤਿਹਾੜੇ ਕੱਢਣੇ ਨੇ। ਇਸ ਕਰਕੇ ਦੁਬਾਰਾ ਫਿਰ ਜੇ ਕੋਈ ਅਧਿਕਾਰੀ ਸੁਣਦਾ ਹੋਵੇ ਆਪਣੇ ਅਫਸਰਾਂ ਤੱਕ ਉੱਪਰ ਤਾਂ ਗੱਲਾਂ ਪਹੁੰਚਾਓ ਤਾਂ ਜੋ ਕਿਸਾਨੀ ਦੇ ਸਾਡੇ ਮਸਲੇ ਹੱਲ ਹੋ ਜਾਣ, ਕਿਸਾਨ ਆਪਣੀ ਸਫਲ ਫਸਲ ਸਾਂਭਣ। ਇਹ ਫਸਲ ਦੇ ਨਾਲ ਨਾਲ ਹੀ ਸਾਰਾ ਸਮਾਜ ਜੁੜਿਆ ਹੋਇਆ। ਤੁਸੀਂ ਦੁਕਾਨਾਂ 'ਤੇ ਜਾ ਕੇ ਵੇਖੋ, ਦੁਕਾਨਦਾਰ ਵੀਰ ਵੀ ਇੱਥੇ ਆਉਂਦੇ ਨੇ, ਆੜ੍ਹਤੀਆਂ ਵੀ ਆਉਂਦੇ ਨੇ। ਤੁਸੀਂ ਬਾਜ਼ਾਰਾਂ ਦੇ ਵਿੱਚ ਜਾ ਕੇ ਵੇਖੋ, ਜੇ ਕਿਸਾਨ ਦੀ ਫਸਲ ਵਿਕੂਗੀ ਨਾ ਉਹਦੇ ਨਾਲ ਹੀ ਬੱਚੇ ਬੱਚੀਆਂ ਦੇ ਵਿਆਹ ਹੋਣੇ ਨੇ, ਜਦੋਂ ਵਿਆਹ ਕਰਨੇ ਨੇ ਉਹਦੇ ਨਾਲ ਹੀ ਹਲਵਾਈ ਜੁੜਿਆ, ਉਹਦੇ ਨਾਲ ਕਰਿਆਨਾ ਵੇਚਣ ਵਾਲਾ ਜੁੜਿਆ, ਉਹਦੇ ਨਾਲ ਸੋਨੇ ਦਾ ਕੰਮ ਕਰਨ ਵਾਲੇ ਦਾ ਕਾਰੋਬਾਰ ਜੁੜਿਆ, ਕੱਪੜੇ ਦਾ ਕਾਰੋਬਾਰ ਉਹਦੇ ਨਾਲ ਜੁੜਿਆ, ਆ ਸਾਊਂਡ ਵਾਲੇ ਦਾ ਕਾਰੋਬਾਰ ਉਹਦੇ ਨਾਲ ਜੁੜਿਆ, ਸਾਡਾ ਵੀ ਉਹਦੇ ਨਾਲ ਹੀ ਜੁੜਿਆ। ਇਹ ਗੱਲਾਂ ਸਰਕਾਰਾਂ ਨੂੰ ਸੋਚਣੀਆਂ ਚਾਹੀਦੀਆਂ ਨੇ, ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਇਹ ਇਕੱਲਾ ਕਿਸਾਨੀ ਦਾ ਮਸਲਾ ਨਹੀਂ। ਜਦੋਂ ਰੋਡ ਬੰਦ ਕੀਤਾ ਜਾਂਦਾ ਨਾ, ਕਈ ਵਾਰ ਲੋਕ ਇਹ ਕਹਿੰਦੇ ਸੁਣੀਦੇ ਨੇ ਜੀ ਇਹ ਕੀ ਹੋ ਗਿਆ ਜੀ, ਬੜੇ ਤੰਗ ਕਰ ਦਿੱਤਾ, ਆਹ ਕੀਤਾ ਉਹ ਕੀਤਾ, ਪਰ ਤੁਸੀਂ ਇਹ ਵੀ ਦੇਖੋ ਨਾ ਸਾਰਿਆਂ ਦਾ ਹੀ ਜਿਹੜਾ ਕਾਰੋਬਾਰ ਹੈ ਉਹ ਕਿਸਾਨੀ ਦੇ ਨਾਲ ਜੁੜਿਆ ਹੋਇਆ। ਸੋ ਸਾਰਿਆਂ ਨੂੰ ਇਸ ਦੇ ਨਾਲ ਹੰਭੜਾ ਮਾਰਨਾ ਚਾਹੀਦਾ। ਅਤੇ ਵੱਡੀ ਗਿਣਤੀ ਦੇ ਵਿੱਚ ਕੱਲ੍ਹ ਵੀ ਇੱਥੇ ਸਾਰੇ ਹਾਜ਼ਰ ਹੋਏ, ਅੱਜ ਵੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਪਹੁੰਚੇ ਹੋ ਅਤੇ ਹੋਰ ਵੀ ਵੀਰ ਸਾਡੇ ਪਹੁੰਚ ਰਹੇ ਨੇ। ਅੱਗੇ ਤਾਂ ਆਪਾਂ ਗੱਡੀ ਲੈ ਕੇ ਲੰਘਦੇ ਹੁੰਦੇ ਜੀ, ਅਜੇ ਮੈਂ ਆਪ ਟ੍ਰੈਫਿਕ ਕਢਾ ਕੇ ਦੇਖ ਲਿਆ, ਆਹ ਦੋ ਲਾਈਨਾਂ ਦੀ ਜਗ੍ਹਾ ਅਤੇ ਪੰਜ ਬਣਾ ਕੇ ਤੁਰੇ ਆ, ਕੀ ਕਰ ਲਓ। ਟੂ ਵੀਲਰ ਵਾਲੇ ਵੀ ਨਹੀਂ ਦੇਖਦੇ, ਫੋਰ ਵੀਲਰ ਵੀ ਨਹੀਂ ਦੇਖਦੇ, ਬਸ ਕਾਹਲੀ ਆ ਘਰੇ ਜਾਣ ਦੀ। ਬਈ ਏ ਸੀ ਗੱਡੀ 'ਚ ਬੈਠੇ, ਏਡੀ ਵੀ ਕੀ ਕਾਹਲੀ ਆ ਗਈ, ਲੈ ਫਸਦੇ ਹੀ ਫਿਰਦੇ ਮਰਦੇ ਹੀ ਜਾਂਦੇ ਯਾਰ। ਸਾਨੂੰ ਇਸ ਬਾਰੇ ਚੀਜ਼ ਜਿਹੜਾ